आई जेड़ी कुड़ी सानू बिजली गिरा के बिजली गिरा के नाचे आई। ओ बाबा मेरे सपने ता सनी लेण आ गई। तेरा ध्यान किधर है काका? चल एक मात्र मैं होर मारदा फिर दसी केड़ी आऊगी। ठीक है बाबा। करखा बंद मेल करा दे रब्बा सोनी कुड़ी ही दे नाल मेल करा दे रब्बा सोनी कुड़ी ही दे नाल। 100 रुपया तेनू बद देता ते हुण बाबा बन के चज दी कुड़ी सपने च लिया दे के ना। चल करखा बंद कुड़ियां का ਉਂਗਲੀ ਉੱਤੇ ਦਾਗ ਤਲੜੇ ਸਾਡੇ ਛੱਲੇ ਦਾ ਮੁੰਦਰੀ ਦਾ ਮੈਂ ਸੁਣਿਆ ਨਾ ਪਤੂਂਗੇਗੀ ਗੈਰਾਂ ਨੂੰ। ਉਂਗਲੀ ਉੱਤੇ ਦਾਗ ਤਲੜੇ ਸਾਡੇ ਛੱਲੇ ਦਾ ਮੁੰਦਰੀ ਦਾ ਮੈਂ ਸੁਣਿਆ ਨਾ ਪਤੂਂਗੇਗੀ ਗੈਰਾਂ पूरिया होणगियां होल की चाहिए छल्ला भावे तो फिर कला। बाबा जी मंत्रा नाल नहीं सरना कोई इंतजाम करो मैं तीन बारी आ गई इत्थे थोड़ी देर ते। ओ माता साफ साफ दस कहना की चाहनी है की दुख है? दुख तो बाबा जी ये है रिश्ते वास्ते कुड़ी दे आउंदे ने रिश्ते दो तीन आ गए पर जवाब दे जांदा अगला की करिए। बस इन्नी की गल ते घबराई फिरदियां बीबा रिश्ते तां हुण करा देना बोल कनेडा अमरीका इंग्लैंड खूर दस काले बंदे दा करा दिए वेस्ट इंडीज चो रिश्ता लिया दिए बाबे दा बुकचू बज गया ना जदों ਉਦੋਂ ਤਾਂ ਤੁਸੀਂ ਭੱਜੇ ਫਿਰੋਗੇ। ਬਾਬਾ ਜੀ ਭਾਵੇਂ ਨਾ ਗੁਆਂਢੀ ਪਿੰਡ ਦਾ ਹੋ ਜੇ ਪਰ ਰਿਸ਼ਤਾ ਹੋ ਜੇ ਕੁੜੀ ਦਾ। ਬਾਬਾ ਜੀ ਇਹ ਠੀਕ ਹੈ ਇਹ ਕੰਮ ਕਰੋ ਤੁਸੀਂ। ਕੋਈ ਗੱਲ ਨਹੀਂ ਇੱਥੋਂ ਤੁਸੀਂ ਨਿਰਾਸ਼ ਨਹੀਂ ਮੁੜਦੇ ਰਿਸ਼ਤੇ ਤੇ ਰਿਸ਼ਤਾ ਆਊਗਾ ਤੁਸੀਂ ਕਹੋਗੇ ਕਿਹੜਾ ਛੱਡੀਏ ਤੇ ਕਿਹੜਾ ਕਰੀਏ ਪਰ ਬਾਬੇ ਨੂੰ ਦਕਸ਼ਣਾ ਜ਼ਰੂਰ ਦੇ ਜਿਓ ਜਾਂਦੇ ਜਾਂਦੇ। ਬਾਬਾ ਜੀ ਕੋਈ ਕੰਮ ਸਾਡਾ ਬਣੂਗਾ ਦਕਸ਼ਣਾ ਫੇਰ ਹੀ ਦੇਵਾਂਗੇ। ਉਹ ਪਹਿਲਾਂ ਬਾਬੇ ਨੂੰ ਗੂਗਲ ਪੇ ਕਰੋ ਫੇਰ ਕੰਮ ਬਣਨਗੇ। ਬਾਬਾ ਜੀ ਪੈਸੇ ਵੀ ਦੇਵਾਂਗੇ ਸਾਡਾ ਕੰਮ ਤਾਂ ਕਰਾ ਦਿਓ। ਉਹ ਜਦੋਂ ਕੰਮ ਹੋ ਜਾਂਦਾ ਹੈ ਉਦੋਂ ਸਾਡੇ ਡੇਰੇ 'ਤੇ ਕੋਈ ਨਹੀਂ ਆਉਂਦਾ ਅਤੇ ਨਾਲੇ ਇਹੀ ਕੰਮ ਕਰਾ ਕਰਾ ਕੇ ਮੇਰੀ ਬਾਹਲੀ ਧਾਰ ਅੜੀ ਖੜੀ ਆ। ਹੁਣ ਮੈਂ ਧਾਰ ਨਹੀਂ ਕਰਦਾ ਇੱਕ ਹੱਥ ਲੈ ਅਤੇ ਇੱਕ ਹੱਥ ਦੇ ਆਪਾਂ ਤਾਂ ਇਹੀ ਕੰਮ ਕਰੀਦਾ। ਤਾਂ ਹੀ ਤਾਂ ਬਾਬੇ ਨੇ ਗੂਗਲ ਪੇ ਪੇਟੀਐਮ ਅਤੇ ਫੋਨਪੇ ਚਲਾਇਆ ਹੋਇਆ ਐ ਨਹੀਂ ਮੈਂ ਛੱਡਦਾ। ਨਹੀਂ ਬਾਬਾ ਜੀ ਕੁਛ ਨਾ ਕੁਛ ਤਾਂ ਜ਼ਰੂਰ ਦੇ ਕੇ ਜਾਵਾਂਗੇ ਅਸੀਂ। ਤੁਹਾਡਾ ਕੀ ਪਤਾ ਲੱਗਿਆ ਸਾਈਕਲ 'ਤੇ ਬਿਠਾ ਕੇ ਝੂਟੇ ਦੇ ਜੋ ਇਹ ਕੰਮ ਨਹੀਂ ਪੈਸੇ ਲੱਗਣਗੇ। ਇੱਥੇ ਤਾਂ ਬਾਬੇ ਦਾ ਜਦੋਂ ਬੁਕਚੂ ਬੋਲੂਗਾ ਕੰਮ ਉਦੋਂ ਹੀ ਹੋਊਗਾ ਨਹੀਂ ਤਾਂ ਫਿਰ ਰਿਸ਼ਤਾ ਫਿਰ ਹੀ ਨਹੀਂ ਚੜਦਾ। ਜੈ ਸੰਤਾਂ ਦੀ। ਹਲੋ ਬਾਬਾ ਜੀ ਕੀ ਗੱਲ ਬੀਬਾ ਜਵਾਕ ਬਰੋਣ ਲੱਗੀਆਂ ਇੰਨੇ ਦੀ ਤਾਂ ਚੈਨੀ ਖੇਣੀ ਵੀ ਨਹੀਂ ਆਉਂਦੀ ਉਹ ਤਾਂ ਕੁਲਿਪ ਵੀ 20 ਰੁਪਏ ਦੀ ਕਰਤੀ ਸਰਕਾਰ ਨੇ। ਬਾਬਾ ਜੀ ਕੰਮ ਹੋ ਜਾਣ ਦਿਓ ਫੇਰ ਕਰਾਂਗੇ ਬਾਅਦ ਚ ਸੇਵਾ ਤੁਹਾਡੀ। ਕੋਈ ਗੱਲ ਨਹੀਂ ਆਹ 10 ਰੁਪਏ ਰੱਖੋ। ਲਓ ਬਾਬਾ ਜੀ ਗੁੱਸੇ ਨਾ ਹੋ ਆ ਲਓ ਹੋਰ ਲਓ। ਬਾਬੇ ਨੂੰ ਖਵਾਓ ਜਿੱਦੇ ਤੁਸੀਂ 2000 ਰੁਪਇਆ ਫੜਾਇਆ ਨਾ ਬਾਬੇ ਨੂੰ ਉਹਦੇ ਤਾਂ ਰਿਸ਼ਤਾ ਘਰੇ ਕਰਦਾ ਆਊਗਾ। ਜਾਓ ਆਸ਼ੀਰਵਾਦ ਹੈ ਜਾਓ। ਦੋਸਤੋ ਆਪਾਂ ਘਰ ਬੈਠੇ ਫਰੀ ਹੁੰਦੇ ਹੋਏ ਆਪਾਂ ਨੋਰਮਲ ਗੇਮਾਂ ਖੇਡਦੇ ਰਹਿੰਦੇ ਹਾਂ ਜਿਵੇਂ ਫਰੀ ਫਾਇਰ ਪਬਜੀ ਜਿਨ੍ਹਾਂ ਵਿੱਚ ਆਪਾਂ ਟਾਈਮ ਵੀ ਖਰਾਬ ਹੁੰਦਾ ਹੈ। ਮੇਰੇ ਕੋਲ ਇੱਕ ਬਹੁਤ ਸ਼ਾਨਦਾਰ ਗੇਮ ਹੈ ਜਿੱਥੇ ਆਪਾਂ ਡੇਲੀ ਦੇ 2000 ਰੁਪਏ ਕਮਾ ਸਕਦੇ ਹਾਂ। ਤੁਸੀਂ ਮੇਰੀ ਅਰਨਿੰਗ ਦਾ ਸਕਰੀਨਸ਼ਾਟ ਵੀ ਦੇਖ ਸਕਦੇ ਹੋ। ਇਹ ਗੇਮ ਦਾ ਨਾਮ ਹੈ ਰਮੀ ਨੋਵਲ। ਇਹ ਤੁਹਾਨੂੰ ਸਾਈਨ ਅਪ ਕਰਦੇ 41 ਰੁਪਏ ਮਿਲਣਗੇ ਜਿਨ੍ਹਾਂ ਨਾਲ ਤੁਸੀਂ ਗੇਮਾਂ ਖੇਡ ਸਕਦੇ ਹੋ। ਇਸ ਵਿੱਚ ਤੁਸੀਂ ਡਿਪੋਜ਼ਿਟ ਵੀ ਕਰ ਸਕਦੇ ਹੋ ਜਿਵੇਂ ਕਿ ਮੈਂ 501 ਰੁਪਏ ਡਿਪੋਜ਼ਿਟ ਕਰ ਰਿਹਾ ਹਾਂ। ਤੁਹਾਨੂੰ ਇੱਕ ਟ੍ਰਿਕ ਦੱਸੂਗਾ ਜਿੱਥੇ ਤੁਸੀਂ ਡੇਲੀ ਦੇ 2000 ਰੁਪਏ ਕਮਾ ਸਕਦੇ ਹੋ। ਹੁਣ ਮੈਂ ਗੇਮ ਸਟਾਰਟ ਕੀਤੀ ਡਰੈਗਨ ਐਂਡ ਟਾਈਗਰ। ਇਹ ਮੇਰੀ ਸਭ ਤੋਂ ਫੇਵਰੇਟ ਗੇਮ ਹੈ ਜਿੱਥੇ ਮੈਂ ਤੁਹਾਨੂੰ 3 ਗੁਣਾ ਪ੍ਰੈਡਿਕਸ਼ਨ ਦੀ ਟ੍ਰਿਕ ਦੱਸੂਗਾ। ਜਿੱਥੇ ਹੁਣ ਮੈਂ 10 ਰੁਪਏ ਲਾਏ ਮੈਂ 10 ਰੁਪਏ ਹਾਰ ਗਿਆ ਹੁਣ ਮੈਂ ਇੱਥੇ 30 ਰੁਪਏ ਲਾਊਂਗਾ। ਦੇਖੋ ਮੈਂ 3 ਗੁਣਾ ਇਨਵੈਸਟ ਕਰਕੇ ਆਪਣਾ ਪੂਰਾ ਲੌਸ ਰਿਕਵਰ ਕਰ ਲਿਆ ਅਤੇ ਹੁਣ ਮੈਂ ਦੁਬਾਰਾ ਫਿਰ 10 ਰੁਪਏ ਲਾਊਂਗਾ।
ਉਹ ਯਾਰ ਮੈਂ ਫਿਰ ਹਾਰ ਗਿਆ। ਕੋਈ ਗੱਲ ਨਹੀਂ, ਹੁਣ ਮੈਂ ਤਿੰਨ ਗੁਣਾ ਪ੍ਰੈਡਿਕਸ਼ਨ ਦੀ ਟ੍ਰਿਕ ਯੂਜ਼ ਕਰੂੰਗਾ। ਲਓ ਹੁਣ ਮੈਂ ਮੇਰਾ ਸਾਰਾ ਲਾਸ ਰਿਕਵਰ ਹੋ ਗਿਆ, ਇਸ ਤਰ੍ਹਾਂ ਮੈਂ ਦੁਬਾਰਾ ਫਿਰ ਜਿੱਤ ਗਿਆ। ਤੁਸੀਂ ਵੀ ਇਹ ਟ੍ਰਿਕ ਨੂੰ ਯੂਜ਼ ਕਰ ਸਕਦੇ ਹੋ। ਇਹ ਦੇਖੋ ਮੈਂ ਹੁਣ 10 ਮਿੰਟਾਂ ਵਿੱਚ 601 ਰੁਪਏ ਕਮਾ ਲਏ, ਅਤੇ ਹੁਣ ਇਹਨੂੰ ਮੈਂ ਵਿਦਡਰਾਅ ਲਾ ਲੈਣਾ। ਮੇਰੇ ਕੋਲ ਵਿਦਡਰਾਅ 1101 ਰੁਪਏ ਹੋ ਗਏ, ਇਹ ਈਜ਼ਲੀ ਆਪਣੇ ਅਕਾਊਂਟ ਵਿੱਚ ਡਿਪੋਜ਼ਿਟ ਹੋ ਗਏ। ਤੁਸੀਂ ਵੀ ਇਹੋ ਜਿਹੀਆਂ ਗੇਮਾਂ ਖੇਡ ਕੇ ਪੈਸੇ ਕਮਾ ਸਕਦੇ ਹੋ, ਲਿੰਕ ਡਿਸਕ੍ਰਿਪਸ਼ਨ ਵਿੱਚ ਆ। ਇਹਨੇ ਕਮੈਂਟ ਹੈ, ਜਲਦੀ ਜਲਦੀ ਜਾਓ ਅਤੇ ਡਾਊਨਲੋਡ ਕਰੋ ਅਤੇ ਪੈਸਾ ਕਮਾਓ। ਬਾਬਾ ਜੀ ਬਾਹਰ ਜਾਣਾ, ਬਾਹਰ ਜਾਣਾ ਪੁੱਤ, ਤੂੰ ਐਂ ਕਰ ਕਾਗਜ਼ ਇੱਥੇ ਰੱਖ ਜਾ, ਜਾ ਛੇਤੀ ਜਾ। ਉੱਧਰ ਨਹੀਂ ਜਾਣਾ ਬਾਬਾ, ਬਾਹਰ ਜਾਣਾ ਗਾ, ਬਾਹਰ ਅਮਰੀਕਾ ਜਾਣਾ। ਅਮਰੀਕਾ ਜਾਣਾ, ਐਂ ਕਹਿਣਾ, ਮੈਨੂੰ ਲੱਗਿਆ ਤੈਨੂੰ ਜ਼ੋਰ ਪੈ ਰਿਹਾ, ਐਂ ਘਰੋਂ ਕਰਕੇ ਨਹੀਂ ਆਇਆ, ਬਾਹਰ ਭੇਜ ਦਾਂਗੇ। ਕਿਹੜੇ ਮੁਲਕ ਜਾਣਾ ਚਾਹੁੰਦਾ ਤੂੰ? ਕਨੇਡਾ ਬਾਬਾ। ਕਨੇਡਾ ਜਾਣਾ ਚਾਹੁੰਦਾ, ਇਹ 'ਚ ਕੀ ਹੈ? ਫਾਰਮਨੇ ਤੇਰੇ? ਫਾਰਮਨੇ ਬਾਬਾ। ਬਾਬੇ ਤੇਰੇ ਇੱਥੇ ਬੈਠੇ ਬੈਠੇ ਤੇਰਾ ਵੀਜ਼ਾ ਲਵਾ ਦੇਣਗੇ, ਪਰ ਗੱਲਦਾਰੀ ਅੰਗਰੇਜ਼ੀ 'ਚ ਲਿਖੀ ਹੋਈ ਹੈ ਬਾਬੇ। ਕੀ ਬਾਤ ਹੈ, ਕੋਈ ਗੱਲ ਨਹੀਂ, ਤੇਰਾ ਯੋਗ ਬਣਦਾ ਕਾਕਾ ਬਾਹਰ ਜਾਣ ਦਾ, ਪਰ ਤੈਨੂੰ ਬਾਬਿਆਂ ਨੂੰ ਦਕਸ਼ਣਾ ਦੇਣੀ ਪਊਗੀ ਥੋੜ੍ਹੀ ਜੀ, ਫਿਰ ਬਾਬੇ ਤੇਰਾ ਕੰਮ ਵੀ ਕਰਾ ਦੇਣਗੇ, ਨਾਲੇ ਤੂੰ ਬਾਹਰ ਵਗ ਜਾਏਗਾ। ਤੂੰ ਖੇਡੇਗਾ ਡਾਲਰਾਂ 'ਚ, ਅਸੀਂ ਖੇਡਾਂਗੇ ਰੁਪਈਏ 'ਚ, ਮੰਨਦਾ ਬਾਬਾ ਨੂੰ ਫਿਰ? ਠੀਕ ਆ ਬਾਬਾ ਜੀ, ਜਿਵੇਂ ਕਹੋਗੇ ਉਵੇਂ ਕਰ ਦੂੰ। ਬੱਚਾ ਤੇਰੇ ਪਾਰ ਉਤਾਰੇ ਹੋ ਜਾਣਗੇ, ਤੇਰਾ ਜਹਾਜ਼ ਵਾਲੀ ਟਾਕੀ ਨੂੰ ਹੱਥ ਪਿਆ ਲੈ। ਬਾਬਾ ਜੀ ਦੀ ਵੀ ਸਮੱਸਿਆ ਹੱਲ ਕਰ ਦੋ ਨਾਲ ਦੀ। ਤੇਰੀ ਕੀ ਸਮੱਸਿਆ ਮੁੰਡਿਆ? ਬਾਬਾ ਜੀ ਮੇਰੀ ਸਹੇਲੀ ਨਹੀਂ ਸੀ। ਐਂ ਕਰ, ਇੱਕ ਚਾਦਰਾ ਤੂੰ ਲਿਆ ਸਾਈਡ 'ਤੇ ਵਿਛਾ ਲੈ, ਬਾਬੇ ਦੀ ਵੀ ਹੈ ਨਹੀਂ ਕਿਸੇ ਨਾਲ ਗੱਲਬਾਤ। ਪਰ ਤੈਨੂੰ ਇੱਕ ਮੈਂ ਮੰਤਰ ਦਿੰਦਾ, ਨਾਲ ਨਾਲ ਜਾਪ ਕਰਨਾ ਮੰਤਰ ਦਾ, ਚਲੋ। ਬਾਬਾ ਜੀ ਬਾਬਾ ਜੀ, ਉਹ ਕੀ ਗੱਲ ਆ ਬੱਚਾ, ਕਿਉਂ ਬਾਬੇ ਦੇ ਚਰਨਾਂ 'ਚ ਆ ਕੇ ਡਿੱਗਿਆ? ਉਹ ਬਾਬਾ ਕੀ ਦੱਸਾਂ, ਮੈਨੂੰ ਤਾਂ ਬੜਾ ਵੱਡਾ ਦੁੱਖ ਹੈ। ਉਹ ਤੇਰੀ ਨਿੱਕੀ ਜੀ ਜਿੰਦੜੀ ਨੂੰ ਕੀ ਐਡਾ ਦੁੱਖ ਲੱਗਿਆ ਕਾਕਾ? ਤੈਨੂੰ ਬਾਬਾ ਜੀ ਦੱਸਤਾ ਨਾ, ਮੈਂ ਲੱਗਦਾ ਤੈਨੂੰ ਵੀ ਲੱਗ ਜਾਣਾ। ਬਾਬੇ ਤਾਂ ਦੁੱਖਾਂ ਤੋਂ ਦੂਰ ਹੋ ਕੇ ਇਸ ਸੰਨਿਆਸੀ ਜਗ੍ਹਾ 'ਤੇ ਆ ਕੇ ਬੈਠੇ ਨੇ, ਤੂੰ ਬਾਬਿਆਂ ਨੂੰ ਕਹਿੰਦਾ ਵੀ ਬਾਬਿਆਂ ਨੂੰ ਦੁੱਖ ਲੱਗੂ, ਬਾਬੇ ਤਾਂ ਦੁੱਖ ਦੂਰ ਕਰਨ ਵਾਸਤੇ ਆਏ ਨੇ। ਬਾਬਾ ਜੀ ਤੁਸੀਂ ਨਾ ਮੇਰਾ ਇੱਕ ਹੱਲ ਕਰੋ। ਗੱਲ ਕਰੋ। ਮੇਰਾ ਨਾ ਵਿਆਹ ਨਹੀਂ ਹੋ ਰਿਹਾ ਬਾਬਾ ਜੀ, ਕੋਈ ਕੁੜੀ ਲੱਭ ਦਿਓ। ਕੁੜੀ ਲੱਭੋ ਨਾ, ਪੰਜਾਬੀ ਵਧੀਆ ਪਿਓਰ, ਸਲਿਮ ਹੋਵੇ, ਪਤਲੀ ਹੋਵੇ, ਅਤੇ ਬਸ ਤੁਹਾਨੂੰ ਕੀ ਦੱਸਾਂ ਜੀ, ਬਾਕੀ ਤੁਸੀਂ ਆਪੇ ਜਾਣੀ ਜਾਣੋ। ਤੂੰ ਕਾਕਾ 2 ਮਿੰਟ ਖੜ ਜਾ, ਬਾਬੇ ਨੂੰ ਇੱਕ ਮਾਰਨ ਦੇ ਮੰਤਰ, ਅਤੇ ਤੇਰੇ ਖਿਆਲਾਂ 'ਚ ਜਿਹੜੀਆਂ ਕੁੜੀਆਂ ਆਉਣਗੀਆਂ ਨਾ, ਅਤੇ ਮੈਨੂੰ ਦੱਸੀ ਚੱਲੀ। ਠੀਕ ਹੈ ਬਾਬਾ ਜੀ। ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਉਹ ਬਾਬਾ, ਮੇਰੇ ਸੁਪਨੇ ਤਾਂ ਸਨੀ ਲਿਆਉਣ ਆ ਗਈ। ਤੇਰਾ ਧਿਆਨ ਕਿੱਧਰ ਹੈ ਕਾਕਾ? ਚੱਲ ਇੱਕ ਮੰਤਰ ਮੈਂ ਹੋਰ ਮਾਰਦਾ, ਫੇਰ ਦੱਸੀ ਕਿਹੜੀ ਆਊਗੀ। ਠੀਕ ਹੈ ਬਾਬਾ। ਕਰ ਅੱਖਾਂ ਬੰਦ, ਮੇਲ ਕਰਾ ਦੇ ਰੱਬਾ ਸੋਹਣੀ ਕੁੜੀ ਹੀ ਦੇ ਨਾਲ, ਮੇਲ ਕਰਾ ਦੇ ਰੱਬਾ ਸੋਹਣੀ ਕੁੜੀ ਹੀ ਦੇ ਨਾਲ। ਕਿਹੜੀ ਆਈ? ਉਹ ਬਾਬਾ ਮੈਨੂੰ ਨਾ ਤੂੰ ਬੰਦਿਆਂ ਵਾਂਗੂ ਕੁੜੀ ਦਿਖਾ ਦੇ ਸਾਫ ਸੁਥਰੀ, ਉਹ ਹੁਣ ਕੈਟਰੀਨਾ ਕੈਫ ਆ ਗਈ। ਓਹੋ ਚੱਲ ਬੈਠ, ਹੋਰ ਲੱਭਦਿਆਂ ਤੇਰੇ ਵਾਸਤੇ, ਤੰਦਰਾ ਹੋਰ ਹੀ ਕਿਤੇ ਵਗ ਜਾਣਾ। ਕਰ ਅੱਖਾਂ ਬੰਦ, ਚੱਜ ਦੀ ਦਿਖਾ ਦੀ ਬਾਬਾ। ਕਿਹੋ ਜੀ ਚਾਹੀਦੀ ਹੈ? ਤੈਨੂੰ ਦੱਸਿਆ ਤਾਂ ਹੈਗਾ ਮੈਨੂੰ ਪਰਿਵਾਰਕ ਚਾਹੀਦੀ ਆ, ਪੰਜਾਬੀ ਕੁੜੀ ਹੋਵੇ ਪਰ ਸਲਿਮ, ਪਤਲੀ ਪਤਲੀ। ਆਇਆ ਕਰੇਗਾ ਹਰ ਰੋਜ਼ ਬਾਬੇ ਦੇ ਡੇਰੇ, ਪਤਲੀ ਪਤੰਗ ਜੱਟੀ ਦੇ ਨਾਲ ਦਬਾ ਦੂ, ਫੇਰੇ ਫੇਰ ਮੰਨੇਗਾ ਬਾਬਿਆਂ ਨੂੰ। ਬਾਬਾ ਜੀ ਮੈਂ ਪੈਰ ਧੋ ਦੋ ਗਈ। ਐਂ ਕਰ, ਪੈਰ ਧੋ ਕੇ ਤੂੰ ਨਾ ਪੀ, ਬਾਬਿਆਂ ਨੂੰ ਦਾਰੂ ਪਿਆ ਦੇ, 1100 ਰੁਪਿਆ ਦਕਸ਼ਣਾ ਲੱਗੂ, ਕੁੜੀ ਜਿਹੇ ਜੀ ਕਹੇਗਾ ਉਹ ਜੀ ਆਊਗੀ। ਪੱਕੀ ਗੱਲ ਆ ਬਾਬਾ? ਮੈਂ ਕਹਿੰਦਾ ਬਾਬੇ ਕੱਚੀ ਗੱਲ ਕਰਦੀ ਨੀ। ਬਾਬਾ ਤੂੰ 500 ਕਿਹਾ ਮੈਨੂੰ, ਮੈਂ ਰੁਪਿਆ ਤੈਨੂੰ 100 ਵੱਧ ਦੇਣਾ, ਤੇ ਜੇ ਹੁਣ ਸੁਪਨੇ 'ਚ ਕੋਈ ਇਹੋ ਜਿਹੀ ਭੇਜਦੀ ਨਾ ਕੁੜੀ, ਤਾਂ ਫਿਰ ਹਿਸਾਬ ਲਾ ਲਿਓ। ਆ ਲੈ ਬਾਬਾ ਪੈਸੇ, ਤਾਂ ਤੂੰ ਕਾਸੇ ਲਈ ਬੈਠਾ ਕਾਕਾ। ਬਾਬਾ ਵਿਆਹ ਕਰਾਉਣਾ ਮੈਂ। ਕੋਈ ਗੱਲ ਨੀ ਬਾਬਾ, ਤੈਨੂੰ ਸ਼ਗਨ ਪਾਜੂ, ਕਿਉਂ ਟੈਨਸ਼ਨ ਲੈਣਾ? 100 ਰੁਪਿਆ ਤੈਨੂੰ ਵੱਧ ਦੇਤਾ, ਤੇ ਹੁਣ ਬਾਬਾ ਬਣ ਕੇ ਚੱਜ ਦੀ ਕੁੜੀ ਸੁਪਨੇ 'ਚ ਲਿਆ ਦੇਣਾ। ਚੱਲ ਕਰ ਅੱਖਾਂ ਬੰਦ, ਕੁੜੀਆਂ ਕੌਣ?
बाबा बाबा इन्नी सोहनी कुड़ी हा 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 स्वाद ही आ गया आ कुड़ी ना रिश्ता पक्का करा दे मेरा कैसे मर्जी कर पक्की गल है पक्की गल ऐ कर फिर 200 रुपया और लू बाबा जी आई कुड़ी चाहिए है बाबा ये तो तू ब्लैकमेल करदा हूं तू यार मैं ब्लैकमेल नहीं मैं तो तेनु ईमेल कर दूं तू 200 रुपया दे कुड़ी ऐसे नाल ही ब्याहू तेरा ऐ टेंशन ना नहीं पक्की गल है ना बाबा मैं कहना जमा पक्की गल है लिया 200 देख ला फिर वो इधर उधर की जेकदा है तू इधर कड्डी जा कमाड़ा यार तुसी भी बाबा ना देख के पैर भारी कर लेने हो ਬਾਬਿਆਂ ਨੂੰ ਨਾ ਨਹੀਂ ਕਰੀਦੀ ਹੁੰਦੀ ਕਦੇ ਸੁਪਨੇ ਵਾਲੀ ਭੱਜ ਜੇ ਕੀ ਕਰਾਂ ਬਾਬਾ ਯਾਰ ਉਹ ਖੜ ਜਾ ਨਾ ਬਾਬਾ ਯਾਰ ਮੈਂ ਆਪੀ ਦੇ ਦੂੰ ਲੈ ਬਾਬਾ ਮੈਨੂੰ 300 ਰੁਪਏ ਮੋੜ ਦੇ ਫਿਰ ਐ ਕਰੀ ਬਾਬਾ ਤੈਨੂੰ ਸ਼ਾਗਰ ਪਾ ਜੂ ਇਹਦੀ ਟੈਨਸ਼ਨ ਨਾ ਲਿਆ ਕਰ ਨਾਲੇ ਬਾਬੇ ਨਾਲ ਇੱਕ ਤਾਂ ਪੈਗ ਲਾ ਜੀ ਨਾਲੇ ਤੇਰੇ ਪਾਰ ਉਤਾਰੇ ਹੋ ਜਾਣਗੇ ਉਹ ਬਾਬਾ ਮੈਂ ਦਾਰੂ ਨਹੀਂ ਪੀਂਦਾ ਬਸ ਮੇਰਾ ਜਿਹੜਾ ਕੰਮ ਆ ਉਹੀ ਕਰਦੀ ਤੇ ਨਾ ਸ਼ਾਗਰ ਪੱਕਾ ਪਾ ਜੀ 300 ਰੁਪਏ ਦੇ ਰੇ ਬਣੀ ਕੋਈ ਗੱਲ ਨਹੀਂ ਜਾ ਚੰਗਾ ਬਾਬਾ ਜੀ ਪੁੱਤਰਾ ਤੈਨੂੰ ਭਾਲ ਭਾਲ ਥੱਕ ਗਿਆ ਮੈਂ ਯਾਰ ਉਹ ਕਿਉਂ ਕੀ ਗੱਲ ਹੋ ਗਈ ਸੀ ਤਾਂ ਕੰਮ ਸੀ ਤੇਰੇ ਤੇ ਰੱਖ ਮੇਰੇ ਤਾਂ ਹੋਰ ਆ ਦੱਸ ਉਹ ਮੈਂ ਰਿਸ਼ਤਾ ਕਰਾਉਣਾ ਸੀ ਤੈਨੂੰ ਕੁੜੀ ਹੈਗੀ ਆ ਮੇਰੀ ਨਿਗਾਹ 'ਚ ਬਹੁਤ ਹੀ ਸੋਹਣੀ ਕੁੜੀ ਸੱਚੀ ਗੱਲ ਹੈ ਚਾਚਾ ਬੜਾ ਕਮਾਲ ਦੀ ਗੱਲ ਹੈ ਯਾਰ ਯਾਰ ਚਾਚਾ ਪਰ ਸ਼ਾਮ ਵਾਂ ਉਹ ਸ਼ਾਮ ਪਾ ਤਾਂ ਮੈਂ ਤੈਨੂੰ ਦੋ ਪਾ ਦੂੰ ਅੱਛਾ ਤੂੰ ਪਰਾਹ ਕੰਮ ਕਰਾ ਉਹ ਤਾਂ ਮੈਂ ਹਰ ਜਦ ਦੇਖ ਕੇ ਬੱਟੂ ਹੋ ਜਾਏਗਾ ਇਹੋ ਜੀ ਕੁੜੀ ਹੈ ਠੀਕ ਹੈ ਚਾਚਾ ਕਦੋਂ ਚੱਲੀਏ ਫਿਰ ਆਪਾਂ ਤੂੰ ਤਾਂ ਵਾਅਦਾ ਦਿੱਤਾ ਹੋਇਆ ਫਿਰਦਾ ਓਏ ਤੜਕੇ ਵਾਗ ਚੱਲਾਂਗੇ ਹਾਂ ਫੇਰ ਠੀਕ ਹੈ ਫਿਰ ਚਾਵਾਂਗਾ ਤੇ ਮੋਟਰਸਾਈਕਲ ਕਰਾਂਗੇ ਮੋਟਰਸਾਈਕਲ ਲੈ ਚੱਲਾਂਗੇ ਕੋਈ ਗੱਲ ਨਹੀਂ ਚੱਟਾ ਤੂੰ ਇਹਦੀ ਗੱਲ ਛੱਡ ਦੇ ਤੂੰ ਬਾ ਮੈਨੂੰ ਰਿਸ਼ਤਾ ਕਰਾਂਗੇ ਬਸ ਰਿਸ਼ਤਾ ਤੇਰਾ ਪੱਕਾ ਯਾਰ ਬਸ ਠੀਕ ਹੈ ਸ਼ਾਂਪਾਂ ਵਧੀਆ ਬਣਵਾ ਦੀ ਉਹ ਸ਼ਾਂਪਾਂ ਦੀ ਗੱਲ ਛੱਡ ਉਹ ਮੈਂ ਤਾਂ ਤੈਨੂੰ ਚੈਨੀ ਕਰਾ ਦੂੰ ਚਾਚਾ ਓਏ ਚਾਚਾ ਦਾ ਠੀਕ ਹੈ ਪੁੱਤਰਾ ਗੱਲ ਸੁਣ ਮੇਰੀ ਕਿਤੇ ਉੱਥੇ ਜਾ ਕੇ ਨਾ ਕਦੇ ਚਾਚਾ ਕਦੇ ਤਾਇਆ ਹੁਣ ਤੂੰ ਦੇਖ ਲੈ ਮੈਨੂੰ ਚਾਚਾ ਬਣਾ ਲੈ ਤਾਇਆ ਇੱਕ ਕੋਈ ਨਾ ਚਾਚਾ ਉੱਤੇ ਜਾ ਕੇ ਕਿਤੇ ਕਦੇ ਚਾਚਾ ਕਦੇ ਤਾਇਆ ਅਗਲਾ ਮੁਕਰ ਜੂ ਅਗਲਾ ਖੁ ਭੇਜ ਦੇ ਚਾਚਾ ਕਦੇ ਤਾਇਆ ਉਹ ਕੋਈ ਨਾ ਚੱਲ ਕੋਈ ਗੱਲ ਨਹੀਂ ਆਪਣਾ ਰਿਸ਼ਤਾ ਤਾਂ ਜਿਹੜਾ ਹੈਗਾ ਉਹੀ ਰਹੂ ਬਸ ਮੈਂ ਤੇਰਾ ਰਿਸ਼ਤਾ ਪੱਕਾ ਬਸ ਠੀਕ ਹੈ ਮੈਂ ਤੈਨੂੰ ਤੜਕੇ ਮਿਲਦਾ ਪੱਕਾ ਪੱਕਾ ਹੁਣ ਮੈਂ ਚੱਲਿਆ ਫਿਰ ਕੁੜੀ ਵਾਲਿਆਂ ਕੋਲ ਹੀ ਚੱਲਦਾ ਸਿੱਧਾ ਠੀਕ ਹੈ ਉਹ ਬਾਹ ਵੀ ਬਾਬਾ ਦਾ ਕਮਾਲ ਦਾ ਯਾਰ ਪੈਰ ਨਹੀਂ ਪੱਟਣ ਦਿੱਤਾ ਪਹਿਲੀ ਰਿਸ਼ਤਾ ਮਾਰਿਆ ਪੈਰਾਂ 'ਚ ਲੈ ਬਈ ਹੋ ਜਾ ਕੇ ਨਾ ਤਿਆਰੀ ਖਿੱਚ ਕਰਾਂ ਆਉਣਾ ਤਾਂ ਅਸੀਂ ਕੱਲ੍ਹ ਸੀਗਾ ਜੀ ਕੱਲ੍ਹ ਸਾਨੂੰ ਡਿੱਗਾ ਲੱਗ ਗਿਆ ਚਲੋ ਇਹ ਗੱਲ ਵਧੀਆ ਜੀ ਤੁਸੀਂ ਕੱਲ੍ਹ ਦੀ ਬਜਾਏ ਅੱਜ ਆ ਗਏ ਹੋਰ ਆ ਹਾਂਜੀ ਭਾਈ ਸਾਹਿਬ ਦਿਖਾਈਏ ਕੁੜੀ ਨੂੰ ਹਾਂਜੀ ਕੁੜੀ ਨੂੰ ਸੱਦ ਲਓ ਜੀ ਉਹ ਨਹੀਂ ਚਾਚਾ ਅੱਛਾ ਕਾਹਦੇ ਵਾਸਤੇ ਦੇਖਣੀ ਹੁਣ ਉਹ ਮੇਰੀ ਗੱਲ ਸੁਣਾ ਤੂੰ ਮੈਨੂੰ ਪਤਾ ਕੱਲ ਨੂੰ 10 ਬੰਦਿਆਂ ਕਹੇਗਾ ਵੀ ਮੈਨੂੰ ਠੱਗੀ ਮਿਲਵਾ ਵੀ ਤੂੰ ਇੱਕ ਵਾਰੀ ਕੁੜੀ ਨੂੰ ਹੋਰ ਦੇਖ ਲਾ ਉਹ ਚਾਚਾ ਹੁਣ ਕਿਹੜਾ ਮੂੰਹ ਹੋਰ ਬਣ ਜੂ ਯਾਰ 20 ਵਾਰੀ ਦੇਖ ਲਾ ਦੇਖ ਲਾ ਕੁੜੀ ਨੂੰ ਮੈਂ ਕਹਿੰਦਾ ਤੂੰ ਦੇਖ ਲਾ ਉਹ ਮੈਂ ਦੇਖ ਲਈ ਤੁਸੀਂ ਬਸ ਆਪਣਾ ਘਰ ਪਿਆਰ ਕਰਕੇ ਲਓ ਜੀ ਮੁੰਡੇ ਨੂੰ ਕੁੜੀ ਪਸੰਦ ਆ ਮੇਰੀ ਬੋਲਤੀ ਮੰਨਦਾ ਭਾਈ ਸਾਹਿਬ ਕੁੜੀ ਸਾਡੀ ਵੀ 14ਵੀਂ ਦਾ ਚੰਦ ਹੈ ਨਹੀਂ ਪਤ ਲਓ ਮੈਂ ਲੈ ਕੇ ਆਉਣੀ ਹਾਂ ਲੈ ਕੇ ਆਓ ਜੀ ਤੁਸੀਂ ਜਾ ਹਾਂ ਲਿਓ ਨਹੀਂ ਮੈਂ ਵੀ ਇੱਧਰ ਆ ਜਾ ਉਹ ਇੱਧਰ ਬਿਠਾ ਆ ਜਾ ਆ ਜਾ ਕੁੜੀ ਚੱਪਲਾਂ ਪੈਣ ਵਾਲੀਆਂ ਦੇਖ ਲੈ
ਕੁੜੀ ਦੇ ਲੈ ਹੁਣ ਤਾਂ ਤੈਨੂੰ ਗੱਲ ਪਿਆ ਢੋਲ ਵਜਾਉਣਾ ਹੀ ਪੈਣਾ ਤੇ ਮੇਰੀ ਢੂਣੀ ਸਿੱਧੀ ਭਰਾਵਾ ਭਾਰ ਮੈਂ ਤਾਂ ਨਹੀਂ ਖਾਂਦਾ ਸਿੱਤਰ ਚਾਚਾ ਢੋਲ ਨਹੀਂ ਗੱਲ ਇਹਦਾ ਡਰਾਮਾ ਮੈਂ ਤੂੰ ਤਾਂ ਚੱਕਿਆ ਵੀ ਨਹੀਂ ਜਾਂਦਾ ਉਹ ਤਾਂ ਬਜਾ ਲਾ ਚੁੱਪ ਕਰਕੇ ਹੁਣ ਕਹਿਦੇ ਉਹਨਾਂ ਨੂੰ ਹਾਂ ਚਲੋ ਜੀ ਮੁੰਡੇ ਦੇ ਪਸੰਦ ਹੈ ਠੀਕ ਹੈ ਫਿਰ ਆਪਾਂ ਕਰ ਦਿੰਦੇ ਹਾਂ ਸਾਨੂੰ ਕਰੋ ਸਾਨੂੰ ਤੁਸੀਂ ਚਾਚਾ ਦੇਖ ਲਾ ਜੀ ਕੁਛ ਬਣਦਾ ਬਸ ਸ਼ੇਰ ਆਉਂ ਤਾਂ ਬਥੇਰੇ ਮੌਕੇ ਦਿੱਤੇ ਤੈਨੂੰ ਕਹਿੰਦਾ ਨਹੀਂ ਚਿੱਟੀ ਹੈ ਲੈ ਬਾਈ ਬਣ ਕੇ ਜੇ ਮੇਰੇ ਬਾਬੇ ਨੇ ਪੈਸੇ ਨਾ ਮੋੜੇ ਨਾ ਤਾਂ ਜਦੋਂ ਮੈਂ ਤੁਹਾਨੂੰ ਬੋਲ ਮਾਰਤਾ ਉਦੋਂ ਆ ਜਾਓ ਮੇਰਾ ਸਾਲਾ ਇੰਨੇ ਪੈਸੇ ਖਾ ਗਿਆ ਨਾ ਮੇਰੇ ਇਕੱਲੇ ਛੱਡ ਦਿੰਦਾ ਕੰਮ ਨਹੀਂ ਕੀਤਾ ਚੱਲ ਕੋਈ ਨਹੀਂ ਬਾਈ ਤੇਰੇ ਨਾਲ ਆ ਸੀ ਆ ਜਾ ਗਿਆ ਓ ਬਾਬਾ ਚੀਕਾਂ ਤਾਂ ਤੂੰ ਮੇਰੀਆਂ ਕਢਾ ਰੱਖੀਆਂ ਉਹ ਕੀ ਹੋ ਗਿਆ ਭਗਤਾ ਉਹ ਬਾਬਾ ਛੜਾ ਦੇ ਖੜਾ ਯਾਰ ਕਾਕਾ ਤੇਰਾ ਕੰਮ ਤਾਂ ਹੋਇਆ ਪਿਆ ਬਾਬਾ ਉੱਤੇ ਨਾ ਥੁੱਕਿਆ ਬਾਬਿਆਂ ਨੂੰ ਥੋੜੀ ਜਿਹੀ ਖੰਘ ਦੀ ਬਿਮਾਰੀ ਹੈ ਬਾਬਿਆਂ ਤੋਂ ਅਲਰਜੀ ਨਹੀਂ ਮੰਨੀ ਦੀ ਹੁੰਦੀ ਬਾਬਾ ਤੂੰ ਗਿਆ ਸੀ ਨਾ ਕਹਿੰਦਾ ਮੈਂ ਵੀ ਆਹ ਸਮਾਨ ਕਰਦੀ ਉਹੀ ਮੈਂ ਕਰਤਾ ਉਹਨੇ ਤਾਂ ਜਮਾ ਪੱਕਾ ਡੇਰੀ ਲਾ ਲੇ ਤੂੰ ਕਾਕਾ ਕੋਈ ਕਮੀ ਛੱਡੀ ਹੈ ਬਾਬਿਆਂ ਦੀ ਕਦੇ ਬਿਰਤੀ ਗਲਤ ਨਹੀਂ ਜਾ ਸਕਦੀ ਉਹ ਬਾਬਾ ਨਹੀਂ ਕਮੀ ਛੱਡੀ ਮੈਂ ਤੂੰ ਐਂ ਕਰ ਐਕਟੀ ਤੇਰਾ ਕੰਮ ਪੱਕਾ ਹੋ ਜੂ ਪੱਕਾ ਹੋ ਜੂ ਹਾਂ ਲਿਆ 500 ਇੱਕ ਮਿੰਟ ਬਾਬਾ 2 ਮਿੰਟ ਦਾ ਐਤਕੀ ਵਾਧੀ ਦੇ ਦਾਂਗੇ ਤੈਨੂੰ ਬਸ ਓ ਆਈਓ ਛੱਡਲਾ ਅੱਛਾ 2 ਭਗਤ ਹੋਰ ਵੀ ਨਾਲ ਲੈ ਕੇ ਹੋਰ ਪੈਸੇ ਬਾਬਾ ਸੀ ਸਾਰਿਆਂ ਦੇ ਦੁੱਖ ਦੂਰ ਕਰ ਦਾਂਗੇ ਐ ਕਰ ਛੱਡਲਾ ਇਹਨੂੰ 500 ਦਾ ਦੇਈ ਨੋਟ ਤੇ ਤੂੰ ਕੱਟ 2000 ਦਾ ਮੈਂ ਤਾਂ ਇਹਨੂੰ ਚੈੱਕ ਕੱਟ ਕੇ ਕਿਉਂ ਬਾਬਾ ਆਹ ਚੈੱਕ ਮੇਰਾ ਤਾਂ ਚਲੋ ਫਿਰ ਫੜ ਦੋ ਓਏ ਬਾਬਾ ਬਾਬਾ ਤੂੰ ਜਿੰਨਾ ਕੈਸ਼ਬੈਕ ਨਹੀਂ ਆਉਂਦਾ ਕੈਸ਼ਬੈਕ ਦਾ ਆਪੇ ਆਊ ਲਾਓ ਤੇ ਚੱਲ ਕਰ ਕੈਸ਼ ਬੈਕ ਮੇਰੇ ਕੋਲ ਜੋ ਹੈਗਾ ਮੈਂ ਮਾਰਵਣਾ ਕੱਟ ਕੱਟ ਕੇ ਫੜਾ ਦੇ 500 ਦਾ ਵਕਤ ਰੱਖ ਲੈਣ ਦੇ ਦੇਵਾਂ ਤੈਨੂੰ ਸ਼ਾਮ ਦਾ ਚਾਹ ਪਾਣੀ ਦਾ ਇੰਤਜ਼ਾਮ ਹੋ ਜਾਂਦਾ ਬਾਬਿਆਂ ਦਾ ਉਹ ਚਾਹ ਪਾਣੀ ਛੱਡੀ ਸਾਰੀ ਚਾਹ ਆਰਾਮ ਕਰੀ ਪਈ ਤੈਨੂੰ ਚਾਹ ਪਾਣੀ ਦੀ ਹੋਈ ਆ ਚਲੋ ਬਾਬੇ ਵਕਤਾ ਚਮਟਾ ਮੋੜ ਜਾ ਹੁਣ ਬਾਬੇ ਵੀ ਚਲਾਉਣਗੇ ਕੰਮ ਕਿਉਂ ਬਈ ਚਲਾਉਣਗੇ